ਨਮਸਕਾਰ, ਸੱਚ ਕਹੋ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਜ਼ਰ ਪੁਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ 'ਤੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਐਕਸਾਈਜ਼ ਪਾਲਿਸੀ ਕੇਸ ਵਿੱਚ ਗ੍ਰਿਫਤਾਰ ਹੋਣ ਦੇ ਬਾਅਦ ਵੀ ਅਹੁਦੇ ਤੋਂ ਅਸਤੀਫਾ ਨਾ ਦੇਣ ਨੂੰ ਲੈ ਕੇ ਹੁਣ ਤੱਕ 3 ਯਾਚਿਕਾਵਾਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਤਿੰਨਾਂ ਵਿੱਚੋਂ ਹੀ ਯਾਚਿਕਾਵਾਂ ਨੂੰ ਹਾਈਕੋਰਟ ਤੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਆਖਰੀ ਯਾਚਿਕਾ ਆਪ ਦੇ ਸਾਬਕਾ ਵਿਧਾਇਕ ਸੰਦੀਪ ਕੁਮਾਰ ਨੇ ਦਾਇਰ ਕੀਤੀ ਸੀ, ਜਿਸ ਤੋਂ ਨਾਰਾਜ਼ ਹਾਈਕੋਰਟ ਨੇ ਉਨ੍ਹਾਂ 'ਤੇ ਹੀ ਭਾਰੀ ਜੁਰਮਾਨਾ ਲਗਾ ਦਿੱਤਾ। ਸੁਪਰੀਮ ਕੋਰਟ ਨੇ ਪਤੰਜਲੀ ਦੇ ਵਿਵਾਦਿਤ ਵਿਗਿਆਪਨ ਕੇਸ ਵਿੱਚ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਦੇ ਦੂਜੇ ਮਾਫੀਨਾਮੇ ਨੂੰ ਵੀ ਖਾਰਜ ਕਰ ਦਿੱਤਾ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਗੀ ਅਤੇ ਮੁਕੁਲ ਰੋਹਤਗੀ ਨੇ ਕਿਹਾ ਕਿ ਤੁਸੀਂ ਜਾਣਬੁੱਝ ਕੇ ਕੋਰਟ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ, ਕਾਰਵਾਈ ਦੇ ਲਈ ਤਿਆਰ ਰਹੋ। ਬੀਜੇਪੀ ਨੇ ਲੋਕ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ 10ਵੀਂ ਸੂਚੀ ਕਰ ਦਿੱਤੀ ਹੈ ਜਾਰੀ। ਇਸ ਲਿਸਟ ਵਿੱਚ 9 ਉਮੀਦਵਾਰਾਂ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਗਿਆ। ਇਸ ਲਿਸਟ ਵਿੱਚ ਪਾਰਟੀ ਨੇ ਯੂਪੀ, ਬੰਗਾਲ ਅਤੇ ਚੰਡੀਗੜ੍ਹ ਲੋਕ ਸਭਾ ਸੀਟਾਂ ਤੋਂ ਪ੍ਰਤਿਆਸ਼ੀਆਂ ਦਾ ਐਲਾਨ ਕੀਤਾ ਗਿਆ। ਗੱਲ ਕਰੀਏ ਯੂਪੀ ਦੀ ਤਾਂ ਮੈਨਪੁਰੀ ਤੋਂ ਜੈਵੀਰ ਸਿੰਘ ਠਾਕੁਰ ਨੂੰ ਟਿਕਟ ਦਿੱਤਾ ਗਿਆ, ਕੌਸ਼ੰਬੀ ਸੁਰੱਖਿਅਤ ਸੀਟ ਤੋਂ ਵਿਨੋਦ ਸੋਨਕਰ ਨੂੰ ਟਿਕਟ ਦਿੱਤਾ ਗਿਆ। ਹਰਿਆਣਾ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਚੰਡੀਗੜ੍ਹ ਵਿੱਚ ਹੋਈ ਵਾਰਤਾ ਦੇ ਬਾਅਦ ਕਿਸਾਨਾਂ ਦੁਆਰਾ ਕੀਤੇ ਜਾਣ ਵਾਲੇ ਟ੍ਰੇਨ ਰੋਕੋ ਅੰਦੋਲਨ ਨੂੰ 16 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ। ਸਰਕਾਰ ਨੇ ਕਿਸਾਨਾਂ ਤੋਂ ਵਾਟਰ ਕੈਨਨ ਬਾਏ, ਨਵਦੀਪ, ਜੇਲਬੇੜਾ ਸਮੇਤ 3 ਕਿਸਾਨਾਂ ਦੀ ਰਿਹਾਈ ਅਤੇ ਮੰਗਾਂ ਦੇ ਲਈ 16 ਅਪ੍ਰੈਲ ਤੱਕ ਦਾ ਸਮਾਂ ਮੰਗਿਆ ਸੀ, ਜਿਸ ਦੇ ਬਾਅਦ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਰੇਲ ਰੋਕੋ ਅੰਦੋਲਨ ਨੂੰ 16 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੁਆਰਾ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਗੀਤਾ ਬਬੀਤਾ ਅਤੇ ਵਿਨੇਸ਼ ਫੋਗਾਟ ਤੇ ਜੱਦੀ ਪਿੰਡ ਬਾਬਲੀ ਵਿੱਚ ਵਾਤਾਨੁਕੂਲਿਤ ਕੁਸ਼ਤੀ ਹਾਲ ਦੇ ਨਿਰਮਾਣ ਦਾ ਐਲਾਨ ਦੇ 7 ਸਾਲ ਤੋਂ ਵੱਧ ਸਮੇਂ ਦੇ ਬਾਅਦ ਵੀ ਕੁਸ਼ਤੀ ਹਾਲ ਅਧੂਰਾ ਪਿਆ ਹੈ। ਕੌਮਾਂਤਰੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪਿੰਡ ਦੇ ਇਸ ਅਧੂਰੇ ਵਾਤਾਨੁਕੂਲਿਤ ਕੁਸ਼ਤੀ ਹਾਲ ਨੂੰ ਲੈ ਕੇ ਬੀਜੇਪੀ ਸਰਕਾਰ ਤੇ ਸਾਧੇ ਨਿਸ਼ਾਨੇ। ਹਰਿਆਣਾ ਵਿੱਚ ਭਾਜਪਾ ਦੇ ਲੋਕ ਸਭਾ ਕੈਂਡੀਡੇਟਸ ਅਤੇ ਜੇਜੇਪੀ ਆਗੂਆਂ ਦੇ ਵਿਰੋਧ ਤੇ ਕਾਂਗਰਸ ਦੇ ਰਾਜ ਸਭਾ ਸਾਂਸਦ ਦੀਪੇਂਦਰ ਹੁੱਡਾ ਅਸਹਿਮਤ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਆਪਣਾ ਵੋਟ ਮੰਗਣ ਦਾ ਹੈ ਅਧਿਕਾਰ, ਵੋਟ ਮੰਗਦੇ ਵਕਤ ਕਿਸੇ ਨੂੰ ਵੀ ਪ੍ਰਜਾਤੰਤਰਿਕ, ਸੰਵਿਧਾਨਿਕ ਅਤੇ ਗਰਿਮਾਪੂਰਨ ਮਰਿਆਦਾ ਦਾ ਉਲੰਘਣ ਨਹੀਂ ਕਰਨਾ ਚਾਹੀਦਾ। ਹਰਿਆਣਾ ਵਿੱਚ ਨੂੰ ਹਿੰਸਾ ਦੇ ਆਰੋਪੀ ਬਿੱਟੂ ਬਜਰੰਗੀ ਦੇ ਗੁੰਡਾਗਰਦੀ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਫਰੀਦਾਬਾਦ ਪੁਲਿਸ ਨੇ ਉਸ ਨੂੰ ਵੱਡਾ ਐਕਸ਼ਨ ਲਿਆ। ਸੁਰੱਖਿਆ ਕਾਰਨਾਂ ਦੇ ਨਾਲ ਬਿੱਟੂ ਬਜਰੰਗੀ ਨੂੰ ਮਿਲੇ ਆਰਮਸ ਲਾਇਸੈਂਸ ਨੂੰ ਰੱਦ ਕਰਨ ਨੂੰ ਲੈ ਕੇ ਪੁਲਿਸ ਨੇ ਕਾਰਨ ਦੱਸੋ ਨੋਟਿਸ ਕੀਤਾ ਜਾਰੀ। ਪੁਲਿਸ ਦੇ ਮੁਤਾਬਿਕ ਫਰੀਦਾਬਾਦ ਦੀ ਪਰਵਰਤੀਆ ਕਲੋਨੀ ਨਿਵਾਸੀ ਰਾਜਕੁਮਾਰ ਉਰਫ ਬਿੱਟੂ ਬਜਰੰਗੀ ਨੂੰ ਸੁਰੱਖਿਆ ਦ੍ਰਿਸ਼ਟੀ ਦੇ ਨਾਲ ਸਸ਼ਸਤਰ ਲਾਇਸੈਂਸ ਦਿੱਤਾ ਗਿਆ ਸੀ। ਭਾਜਪਾ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਦਾ ਐਲਾਨ ਕੀਤਾ। ਇੱਥੋਂ ਤੋਂ ਸੰਜੇ ਟੰਡਨ ਨੂੰ ਕੈਂਡੀਡੇਟ ਬਣਾਇਆ ਗਿਆ। ਦੱਸ ਦਈਏ ਕਿ 2 ਵਾਰ ਦੀ ਸਾਂਸਦ ਕਿਰਨ ਖੇਰ ਦਾ ਟਿਕਟ ਇਸ ਵਾਰ ਕੱਟ ਦਿੱਤਾ ਗਿਆ। ਚੰਡੀਗੜ੍ਹ ਵਿੱਚ 10 ਸਾਲ ਬਾਅਦ ਬੀਜੇਪੀ ਨੇ ਲੋਕਲ ਚਿਹਰੇ ਤੇ ਖੇਡਿਆ ਦਾਅ। 2014 ਦੇ ਵਿੱਚ ਪਹਿਲੇ ਚੰਡੀਗੜ੍ਹ ਤੋਂ ਬੀਜੇਪੀ ਸੱਤਿਆਪਾਲ ਜੈਨ ਨੂੰ ਟਿਕਟ ਦਿੰਦੀ ਸੀ, ਲੇਕਿਨ ਸੱਤਿਆਪਾਲ ਜੈਨ ਕਾਂਗਰਸ ਦੇ ਪਵਨ ਕੁਮਾਰ ਬੰਸਲ ਦੇ ਸਾਹਮਣੇ ਲਗਾਤਾਰ 3 ਵਾਰ ਚੁਣਾਵ ਹਾਰ ਗਏ ਸਨ। ਪੰਜਾਬ ਵਿੱਚ ਵੀਰਵਾਰ ਨੂੰ ਯਾਨੀ ਭਲਕੇ ਸਰਕਾਰੀ ਛੁੱਟੀ ਰਹੇਗੀ। ਇਸ ਦਰਮਿਆਨ ਪੂਰੇ ਸੂਬੇ ਦੇ ਵਿੱਚ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ। ਸਰਕਾਰ ਤਰਫੋਂ ਤੋਂ ਈਦ ਉਲ ਫਿਤਰ ਦੇ ਚੱਲਦੇ ਇਸ ਬਾਰੇ ਵਿੱਚ ਵੱਡਾ ਫੈਸਲਾ ਲਿਆ ਗਿਆ। ਇਸ ਸੰਬੰਧੀ ਛੁੱਟੀ ਪਹਿਲਾਂ ਹੀ ਐਲਾਨ ਦਿੱਤੀ ਗਈ ਸੀ, ਨਾਲ ਹੀ ਸਾਰੇ ਥਾਵਾਂ ਤੇ ਇਸ ਸੰਬੰਧੀ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਅਗਰ ਕੋਈ ਵਿਦਿਅਕ ਅਦਾਰਾ ਨਿਯਮ ਤੋੜਦਾ ਹੈ ਤਾਂ ਵਿਭਾਗ ਦੁਆਰਾ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਲਕੱਤਾ ਹਾਈ ਕੋਰਟ ਨੇ ਪੱਛਮ ਬੰਗਾਲ ਦੇ ਸੰਦੇਸ਼ ਖਾਲੀ ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸੰਦੇਸ਼ ਖਾਲੀ ਦੀ ਮਹਿਲਾਵਾਂ ਨੇ ਤ੍ਰਿਣਮੂਲ ਕਾਂਗਰਸ TMC ਦੇ ਆਗੂਆਂ ਤੇ ਕਥਿਤ ਰੂਪ ਤੋਂ ਯੋਨ ਉਤਪੀੜਨ ਅਤੇ ਜਬਰਨ ਜ਼ਮੀਨ ਕਬਜ਼ੇ ਦਾ ਲਗਾਇਆ। ਆਰੋਪ ਮਾਮਲੇ ਵਿੱਚ ਸ਼ੇਖ ਸ਼ਾਹਜਹਾਂ, ਸ਼ਿਬੂ ਹਾਜਰਾ ਅਤੇ ਉੱਤਮ ਸਰਦਾਰ ਆਰੋਪੀ ਤਿੰਨੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ। ਜ਼ਿਆਦਾ ਖਬਰਾਂ ਵੇਖਣ ਲਈ YouTube 'ਤੇ ਟਾਈਪ ਕਰੋ ਸੱਚਖੰਡ ਪੰਜਾਬੀ ਚੈਨਲ।